ਸਤਿਬਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਬਜ਼ੁਰਗ ਜਿਨ੍ਹਾਂ ਨੂੰ ਤੁਸੀਂ ਦੇਖ ਰਹੇ ਹੋ, ਇਹ ਇਹਨਾਂ ਦਾ ਨਾਮ ਹੈਗਾ ਸਤਪਾਲ ਜੀ। ਇਹਨਾਂ ਨੇ ਜਿਹੜੀਆਂ ਫੋਟੋਆਂ ਤੁਸੀਂ ਖਿੱਚੀਆਂ ਸੀ, ਜਿਹੜੀਆਂ ਉੱਥੋਂ ਚੱਕਿਆ ਸੀ, ਇਕੱਲੇ ਬਣੇ ਫੋਨ 'ਚ ਆਪਣੇ 'ਚ, ਅਤੇ ਇਹ ਵੀਰ ਨੂੰ ਸਾਡੇ ਕੋਲ ਅੱਜ ਪਹੁੰਚਦਾ ਕੀਤਾ। ਇਹ ਵੀਰ ਆ ਹਰਦੀਪ ਵੀਰ ਆ ਅਤੇ ਰਾਣਾ ਵੀਰ ਆ ਫਿਰੋਜ਼ਪੁਰ ਤੋਂ, ਅਤੇ ਇਹ ਵੀਰ ਆ ਮਨਦੀਪ। ਇਹ ਸਾਡੀ ਟੀਮ ਆ, ਇਹ ਉੱਥੇ ਫਿਰੋਜ਼ਪੁਰ ਦੇ ਵਿੱਚ ਇਨਸਾਨੀਅਤ ਦੀ ਸੇਵਾ, ਸਭ ਤੋਂ ਵੱਡੀ ਸੇਵਾ ਸੁਸਾਇਟੀ ਇਹ ਚਲਾਉਂਦੇ ਆ ਵੀਰ। ਸੱਚੇ ਪਾਤਸ਼ਾਹ ਦੀ ਮਿਹਰ ਨਾਲ ਇਹਨਾਂ ਵੀਰਾਂ ਨੇ ਵੀ ਬੜਾ ਬੜਾ ਉਪਰਾਲਾ ਕੀਤਾ ਮਨੁੱਖਤਾ ਦੀ ਖਾਤਰ ਸ਼ੁਰੂ, ਅਤੇ ਇਹਨਾਂ ਵੀਰਾਂ ਦੇ ਗੁਰੂ ਮਹਾਰਾਜ ਇੱਦਾਂ ਹੀ ਸਿਰ ਦੇ ਉੱਪਰ ਮਿਹਰ ਭਰੇ ਹੱਥ ਰੱਖਣ ਆਪਣਾ, ਜਿਵੇਂ ਸਾਡੀ ਟੀਮ ਦੇ ਉੱਪਰ ਇੱਦਾਂ ਮਹਾਰਾਜ ਕਿਰਪਾ ਕਰ ਰਹੇ ਨੇ। ਅਤੇ ਇਹ ਬਾਬਾ ਜੀ ਇਹਨਾਂ ਨੂੰ ਮਿਲੇ ਸੀਗੇ, ਜਿਵੇਂ ਕਿ ਸਾਡੀ ਪਹਿਲਾਂ ਵੀ ਤੁਹਾਨੂੰ ਮੈਂ ਜਾਣਕਾਰੀ ਦਿੱਤੀ ਸੀ ਸੰਗਤਾਂ ਨੂੰ, ਵੀ ਜਿਹੜੇ ਬਾਬਾ ਜੀ ਕੋਈ ਵੀ ਬੰਦੇ ਬਜ਼ੁਰਗ ਬਹੁਤ ਮਾੜੀ ਹਾਲਤ ਦੇ ਵਿੱਚ ਇਹਨਾਂ ਨੂੰ ਮਿਲਦੇ ਆ, ਜਿਹੜੇ ਜ਼ਿਆਦਾ ਕ੍ਰਿਟੀਕਲ ਹੁੰਦੇ ਆ ਵੀਰ ਸਾਡੇ ਕੋਲ ਪਹੁੰਚਾ ਦਿੰਦੇ ਆ। ਪਹਿਲਾਂ ਵੀ ਇੱਕ ਬਾਬਾ ਜੀ ਰਣਜੀਤ ਸਿੰਘ ਜੀ ਸਾਡੇ ਕੋਲ ਨੇ, ਉਹਨੂੰ ਬੁਲਾ ਕੇ ਲਿਆਓ ਇੱਥੇ ਬਾਬਾ ਜੀ। ਅਤੇ ਉਹ ਬਾਬਾ ਜੀ ਐਡਮਿਟ ਸੀਗੇ ਇੱਥੇ ਸਾਡੇ ਦੀਪਕ ਹੋਸਪਿਟਲ ਦੇ ਵਿੱਚ, ਵੀਰ ਸਾਡੇ ਕੋਲ ਛੱਡ ਕੇ ਗਏ ਸੀ। ਹੁਣ ਇੱਦਾਂ ਹੀ ਇਹ ਬਜ਼ੁਰਗ ਇਹਨਾਂ ਨੂੰ ਮਿਲੇ ਆ ਉੱਥੇ, ਅਤੇ ਇਹਨਾਂ ਦਾ ਚੂੜਾ ਟੁੱਟਿਆ ਹੋਇਆ ਵਾ ਬਜ਼ੁਰਗਾਂ ਦਾ, ਕਾਫੀ ਮਾੜੀ ਹਾਲਤ ਦੇ ਵਿੱਚ ਇਹ। ਹੁਣ ਵੀਰ ਹੁਣੀ ਇਹਨਾਂ ਨਵਾ ਧਵਾ ਕੇ ਸਾਫ਼ ਸੁਥਰਾ ਕਰਕੇ ਕੱਪੜੇ ਕੁੱਪੜੇ ਪਾ ਕੇ ਸਾਡੇ ਕੋਲ ਲੈ ਕੇ ਆਏ ਨੇ ਪੰਡਿਤ ਉਹਨਾਂ ਨੇ ਇੱਥੇ ਰੋਕ ਲਵੋ। ਅਤੇ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਆ ਕਿ ਬਈ ਇਹ ਵੀਰ ਸਾਡੇ ਪਰਿਵਾਰਕ ਮੈਂਬਰ ਭਰਾ ਵਾ ਸਾਡੇ, ਜਿਹੜਾ ਇਹਨਾਂ ਨੂੰ ਇਹ ਬਾਬਾ ਜੀ ਮਿਲ ਗਏ ਉੱਥੇ। ਇਹ ਬਾਕੀ ਤੁਹਾਨੂੰ ਰਾਣਾ ਵੀਰ ਦੱਸੂਗਾ ਕਿੱਦਾਂ ਮਿਲਿਆ ਸੀਗਾ, ਰਾਣੇ ਕਿੱਦਾਂ ਮਿਲੇ ਇਹ ਬਜ਼ੁਰਗ। ਵੀਰ ਜੀ ਅੱਜ ਤੋਂ 4 ਕੁ ਦਿਨ ਪਹਿਲਾਂ ਸਾਨੂੰ ਫੋਨ ਕਰਿਆ ਸੀ ਕਿਸੇ ਨੇ, ਅਸੀਂ ਗਏ ਸੀ ਬਾਪੂ ਜੀ ਨੇ ਉਹਦੇ ਨਵਾਏ ਸੀ, ਬਹੁਤ ਜ਼ਿਆਦਾ ਬੁਰਾ ਹਾਲ ਸੀ ਇਹਨਾਂ ਦਾ ਜੀ। ਇਹ 15-16 ਸਾਲ ਤੋਂ ਆਟੋ ਚਲਾ ਰਹੇ ਆ ਜੀ। ਅੱਛਾ ਜੀ। ਅਤੇ ਪਿਛਲੇ 2 ਮਹੀਨੇ ਤੋਂ ਇਹਨਾਂ ਦਾ ਐਕਸੀਡੈਂਟ ਹੋ ਗਿਆ ਜੀ, ਇਹਨਾਂ ਦਾ ਚੁਗਣਾ ਕਰੈਕ ਹੋ ਗਿਆ। 2 ਮਹੀਨੇ ਹੋ ਗਏ ਇਹਨਾਂ ਨੂੰ ਉੱਥੇ, ਵਿਚਾਰਿਆਂ ਨੂੰ ਬੈਂਚ ਦੇ ਉੱਤੇ ਪਏ ਸੀ, ਅਤੇ ਤੁਰ ਫਿਰ ਤਾਂ ਬਿਲਕੁਲ ਵੀ ਨਹੀਂ ਸਕਦੇ ਜੀ, ਅਤੇ ਰੋਟੀ ਪਾਣੀ ਆਟੋ ਵਾਲੇ ਦੇ ਜਾਂਦੇ ਸੀ ਵੀਰ ਇਹਨਾਂ ਦਾ ਭਰਾ ਇੱਕ, ਪਰ ਉਹ ਉਹਨਾਂ ਨੇ ਜਵਾਬ ਦਿੱਤਾ ਵੀ ਇਹਦਾ ਮੈਂ ਇਲਾਜ ਨਹੀਂ ਕਰਵਾ ਸਕਦਾ। ਅਤੇ ਇਹਨਾਂ ਨੂੰ ਮਿਲੇ ਬਹੁਤ ਜ਼ਿਆਦਾ ਬੁਰੀ ਹਾਲਤ ਸੀ ਜੀ ਇਹਨਾਂ ਦੀ। ਅਤੇ ਜਦੋਂ ਇਹ ਦੱਸਦੇ ਵੀ ਇਹਨਾਂ ਕੋਲ ਪੈਸੇ ਹੁੰਦੇ ਸੀ, ਉਦੋਂ ਤਾਂ ਸਾਰੇ ਰਿਸ਼ਤੇਦਾਰ ਇਹਨਾਂ ਨਾਲ ਆਉਂਦੇ ਜਾਂਦੇ ਸੀਗੇ, ਪਰ ਹੁਣ ਇਹਨਾਂ ਦਾ ਇਹਨਾਂ ਕੋਲ ਪੈਸਾ ਕਾਹਦਾ ਹੋਣਾ ਕੋਈ ਜੀ, ਉਹ ਕੰਮ ਹੀ ਨਹੀਂ ਚੱਲਦਾ। ਅਤੇ ਹੁਣ ਸਾਰੇ ਰਿਸ਼ਤੇਦਾਰ ਇਹਨਾਂ ਨੂੰ ਬਿਲਕੁਲ ਜਵਾਬ ਦੇ ਗਏ। ਅੱਜ ਇਹਨਾਂ ਦੇ ਰਿਸ਼ਤੇਦਾਰਾਂ ਨੂੰ ਵੀ ਅਸੀਂ ਗੱਲ ਕੀਤੀ ਸੀ, ਪਰ ਉਹਨੇ ਵੀ ਸਾਡੇ ਹੱਥ ਖੜੇ, ਅਸੀਂ ਨਹੀਂ ਇਲਾਜ ਕਰਵਾ ਸਕਦੇ, ਇਸੇ ਕਰਕੇ ਵੀਰ ਜੀ ਤੁਹਾਡੇ ਕੋਲ ਲੈ ਕੇ ਆਏ ਹਨ। ਇਹ ਚੜ੍ਹਦੇ ਸੂਰਜ ਨੂੰ ਸਲਾਮਾਂ ਹੁੰਦੀਆਂ ਰਾਣਾ ਜੀ। ਅਤੇ ਬਾਬਾ ਜੀ ਤੁਸੀਂ ਕਿੰਨੇ ਟਾਈਮ ਤੋਂ ਆਹ ਚੂੜਾ ਟੁੱਟਿਆ, ਕਿਵੇਂ ਟੁੱਟਿਆ ਤੁਹਾਡਾ ਚੂੜਾ? ਆਟੋ ਪਲਟ ਗਿਆ। ਅੱਛਾ, ਆਟੋ ਪਲਟ ਗਿਆ ਜੀ। 2 ਮਹੀਨੇ ਹੋ ਗਿਆ। ਅਤੇ ਇਹ ਆਟੋ ਤੁਸੀਂ ਕਿੰਨੇ ਸਾਲਾਂ ਤੋਂ ਚਲਾ ਰਹੇ ਸੀ? ਆਟੋ ਤਾਂ ਮੈਂ ਚਲਾ ਰਿਹਾ ਸੀ 15-16 ਸਾਲ ਤੋਂ। ਕੋਈ ਨੀ ਹੁੰਦਾ, ਉਹਨਾਂ ਦਾ ਗੁਰੂ ਹੁੰਦਾ, ਉਹ ਕਹਿੰਦੇ ਨੇ ਦੱਸੇ ਨਾ ਮੇਰਾ ਕਲਗਿਆਂ ਵਾਲਾ ਜੱਗ ਭਾਵੇਂ ਸਾਰਾ ਦੱਸੇ। ਤੇ ਸੱਚੇ ਪਾਤਸ਼ਾਹ ਨੇ ਤੁਹਾਡੇ ਤੇ ਮਿਹਰ ਭਰੇ ਹੱਥ ਰੱਖਿਆ, ਤੇ ਗੁਰੂ ਮਹਾਰਾਜ ਕਿਰਪਾ ਕਰਨਗੇ, ਅਤੇ ਤੁਹਾਡਾ ਇਲਾਜ ਸਾਡੀ ਸੰਸਥਾ ਵੱਲੋਂ, ਰਾਣੇ ਵੀਰ ਹੁਣੀ ਵੀ ਸਾਡੇ ਨਾਲ, ਅਸੀਂ ਸਾਰੇ ਰਲ ਕੇ ਤੁਹਾਡਾ ਇਲਾਜ ਕਰਵਾਵਾਂਗੇ। ਸਾਡੇ ਬਹੁਤ ਵੀਰ ਇੱਦਾਂ ਦੇ ਹੈਗੇ ਜਿਹੜੇ ਤੁਹਾਡੇ ਇਲਾਜ ਲਈ ਹਰ ਟਾਈਮ ਤਿਆਰ ਆ ਜੀ। ਅਤੇ ਆਹ ਇਹਨਾਂ ਦਾ ਬਾਬਾ ਜੀ ਦੇ ਚੂੜੇ ਦੀ ਐਕਸਰੇ ਆ, ਆ ਜਿਵੇਂ ਦੇਖ ਸਕਦੇ ਹੋ ਤੁਸੀਂ, ਆਹ ਚੂੜਾ ਆ ਪਾਸਾ ਗੋਲੂ ਆ, ਜਿਵੇਂ ਪਹਿਲਾਂ ਵੀ ਇੱਕ ਵੀਰ ਦਾ ਅਸੀਂ ਚੂੜਾ ਪਵਾਇਆ ਵਾ, ਅੱਜ ਗੋਲੂ ਆ ਟੁੱਟਿਆ ਹੋਇਆ, ਟੁੱਟ ਕੇ ਦੇਖੋ ਕਿੱਥੇ ਚੱਲਿਆ ਗਿਆ, ਕਰੈਕ ਹੋ ਕੇ ਇਹਨਾਂ ਦਾ ਅੱਜ ਗੋਲੂ ਆ। ਅਤੇ ਪਿਛਲੇ 2 ਮਹੀਨਿਆਂ ਤੋਂ ਇੱਦਾਂ ਹੀ ਬੈਠੇ ਆ ਤੁਸੀਂ, ਸ਼ਾਇਦ ਅਹਿਸਾਸ ਨਹੀਂ ਕਰ ਸਕਦੇ ਵੀ ਇਸ ਹਾਲਤ ਦੇ ਵਿੱਚ ਬੰਦਾ ਜਿਹਦਾ ਚੂੜਾ ਟੁੱਟਿਆ
ਤੇ ਉਹਦੀ ਹੱਡੀ ਕਰੈਕ ਹੋਈ, ਇਸੇ ਹਾਲਤ 'ਚ ਦੋ ਮਹੀਨਿਆਂ ਤੋਂ ਬੈਠਾ, ਕਿਉਂਕਿ ਮਾੜਾ ਜਿਹਾ ਵੀ ਜਦੋਂ ਹਿਲਦੇ ਆ, ਲੱਤ ਹਿਲਾਉਂਦੇ ਹੋਣੇ ਜਾਂ ਕਿਤੇ, ਯਾਨੀ ਕਿ ਇੱਦਾਂ ਸਰੀਰ ਦੇ ਵਿੱਚੋਂ ਦੱਸਦੇ ਬਾਬਾ ਜੀ ਵੀ ਕੜਕੜ ਦੀ ਆਵਾਜ਼ ਆਉਂਦੀ ਆ ਹੱਡੀਆਂ ਦੇ ਵਿੱਚੋਂ, ਤੇ ਕਿੰਨੀ ਪੇਨ ਹੁੰਦੀ ਉਹ, ਕਿੰਨਾ ਦਰਦ ਹੁੰਦਾ ਉਹ, ਮੈਂ ਯਾਨੀ ਕਿ ਇਹਨੂੰ ਐਕਸਪਲੇਨ ਨਹੀਂ ਕਰ ਸਕਦੇ। ਇੱਧਰ ਆ ਜਾਓ ਵੀਰੇ ਕੋਈ ਗੱਲ ਨਹੀਂ, ਅਤੇ ਸੱਚੇ ਪਾਤਸ਼ਾਹ ਸਾਡੇ ਅਰਗੇ ਕਲਜੁਗੀ ਬੰਦਿਆਂ ਤੋਂ ਇੱਦਾਂ ਦੀ ਸੇਵਾ ਲੈ ਰਹੇ ਆ ਵੀ ਜਿਹੜਾ ਇਸ ਦੁੱਖ ਨੂੰ ਦਰਦ ਨੂੰ ਇਹਨਾਂ ਨੂੰ ਸਮਝ ਕੇ ਅਸੀਂ ਇਹਨਾਂ ਦਾ ਇਲਾਜ ਕਰਵਾਉਂਦੇ ਹਾਂ। ਅਤੇ ਆ ਵੀਰ ਦੀਆਂ ਫੋਟੋਆਂ ਖੋਲ ਕੇ ਦਿਖਾਇਓ ਇਹਨਾਂ ਦੀਆਂ, ਜਿਹੜੀਆਂ ਜਿਹੜੇ ਹਾਲਾਤ 'ਚ ਉਹਨੂੰ ਮਿਲੇ ਸੀਗੇ। ਅਤੇ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਮਿਹਰ ਕਰੀ ਆ, ਸਾਡੀ ਟੀਮ 'ਤੇ, ਰਾਣੇ ਵੀਰ ਉਹਨਾਂ 'ਤੇ। ਇਹ ਅੱਜ ਕੱਲ੍ਹ ਦੇ ਟਾਈਮ ਦੇ ਵਿੱਚ ਬੜੇ ਘੱਟ ਬੰਦੇ ਨੇ ਜਿਹੜੇ ਇੱਦਾਂ ਦੀ ਸੇਵਾ ਨਿਭਾਉਂਦੇ ਆ। ਆ ਤੁਸੀਂ ਫੋਟੋਆਂ ਦੇਖ ਸਕਦੇ ਹੋ ਬਾਬਾ ਜੀ ਦੀਆਂ, ਕਿਹੜੇ ਹਾਲਾਤਾਂ ਦੇ ਵਿੱਚ ਬਾਬਾ ਜੀ ਸਾਡੇ ਟੀਮ ਨੂੰ ਮਿਲੇ ਸੀਗੇ। ਅਤੇ ਇਹਨਾਂ ਨੇ ਵੀਰਾਂ ਨੇ ਇਹਨੂੰ ਬਾਬਾ ਜੀ ਨੂੰ ਮਿਲ ਕੇ ਉੱਥੇ ਸੇਵਾ ਕਰੀ, ਬਾਬਾ ਜੀ ਨੂੰ ਨਵਾਇਆ ਧਵਾਇਆ ਸਾਫ਼ ਸੁਥਰਾ ਕਰਕੇ ਅਤੇ ਇੱਥੇ ਲੈ ਕੇ ਆਏ। ਬਾਬਾ ਜੀ ਕਹਿੰਦੇ 15-16 ਸਾਲਾਂ ਤੋਂ ਆਟੋ ਚਲਾ ਰਹੇ ਸੀਗੇ, ਅਤੇ ਜਦ ਵੀ ਬਾਬਾ ਜੀ ਦੇ ਹੱਡ ਪੈਰ ਸਾਰੇ ਚੱਲਦੇ ਸੀਗੇ, ਸਰੀਰ ਚੱਲਦਾ ਸੀ, ਉਦੋਂ ਤੱਕ ਰਿਸ਼ਤੇਦਾਰ ਯਾਰ ਮਿੱਤਰ ਅਤੇ ਚਾਹੁਣ ਵਾਲੇ ਸਭ ਨਾਲ ਸੀ ਇਹਨਾਂ ਦੇ। ਤਾਂ ਜਦੋਂ ਸਰੀਰ ਖੜ੍ਹ ਗਿਆ ਪਿਛਲੇ 2 ਮਹੀਨਿਆਂ ਤੋਂ, ਜਿਹੜੇ ਟੈਂਪੂ ਯੂਨੀਅਨ ਆਟੋ ਯੂਨੀਅਨ ਦੇ ਬੰਦੇ ਸੀ ਜਿਹੜੇ, ਜਾਂ ਉਹੀ ਬੰਦੇ ਇਹਨਾਂ ਰੋਟੀ ਪਾਣੀ ਦਿੰਦੇ ਸੀ, ਕਿਸੇ ਨੇ ਇਲਾਜ ਕਰਾਉਣ ਬਾਰੇ, ਕਿਸੇ ਨੇ ਇਹਨਾਂ ਨੂੰ ਐਡਮਿਟ ਕਰਾਉਣ ਬਾਰੇ ਕੋਈ ਉਜਰ ਨਹੀਂ ਕੀਤਾ, ਕਿਸੇ ਸੇਵਾ ਸੁਸਾਇਟੀ, ਕਿਸੇ ਸੰਸਥਾ ਨੇ, ਕਿਸੇ ਧਾਰਮਿਕ ਜਿਹੜੀਆਂ ਸੰਸਥਾਵਾਂ ਜਾਂ ਸਰਕਾਰੀ। ਅਸੀਂ ਇਹੀ ਵਾਰ ਵਾਰ ਬੇਨਤੀ ਕਰਦੇ ਹਾਂ, ਹੁਣ ਸਰਕਾਰ ਵੀ ਬਦਲੀ ਆ, ਸਾਨੂੰ ਉਮੀਦਾਂ ਵੀ ਆ ਬਹੁਤ ਇਹਨਾਂ ਇਹ ਸਰਕਾਰ ਤੋਂ ਵੀ ਇੱਦਾਂ ਦੇ ਬੰਦਿਆਂ ਵਾਸਤੇ, ਜਦੋਂ ਇੱਦਾਂ ਦੇ ਬੰਦੇ ਜਿਹੜੇ ਮੰਨ ਲਓ ਜਿਨ੍ਹਾਂ ਨੇ ਵਿਆਹ ਨਹੀਂ ਕਰਾਇਆ, ਤਾਂ ਉਹ ਕਿਹਦੇ ਆ ਫਿਰ? ਜੇ ਉਹ ਪਰਿਵਾਰ ਦੇ ਨਹੀਂ ਹੈਗੇ, ਮੰਨ ਲਓ ਉਹਨਾਂ ਦੇ ਬੱਚੇ ਨਹੀਂ ਹੈਗੇ ਜਾਂ ਵਾਈਫ ਹੈ ਨਹੀਂ, ਤਾਂ ਫਿਰ ਉਹ ਇਹਦਾ ਮਤਲਬ ਇਹ ਥੋੜ੍ਹੀ ਆ ਵੀ ਉਹ ਖਤਮ ਹੋ ਗਏ, ਉਹਨਾਂ ਦੀ ਜ਼ਿੰਦਗੀ ਖਤਮ ਹੋ ਗਈ। ਅਤੇ ਜਾਂ ਉਹ ਕਿਸੇ ਕਾਰਨਾਂ ਕਰਕੇ ਕਈਆਂ ਦੇ ਨਹੀਂ ਪਰਿਵਾਰ ਦੇ ਜੀਅ ਹੁੰਦੇ, ਜਾਂ ਕੋਈ ਇੱਦਾਂ ਇਕੱਲਾ ਬੰਦਾ ਸੜਕਾਂ 'ਤੇ ਰੁੜਦਾ, ਕੀੜੇ ਪੈ ਕੇ ਮਾੜੀ ਹਾਲਤ 'ਚ ਮਰਦੇ ਆ ਉਹ ਬੰਦੇ, ਉਹਨਾਂ ਦੇ ਵਾਸਤੇ ਕੋਈ ਇੰਤਜ਼ਾਮ ਨਹੀਂ ਹੈਗੇ ਸਰਕਾਰਾਂ ਵੱਲੋਂ। ਯਾਨੀ ਕਿ ਅਸੀਂ ਇਹੀ ਹੱਥ ਬੰਨ੍ਹ ਕੇ ਬੇਨਤੀ ਕਰਦੇ ਵੀ ਜਿਹੜੇ ਬੰਦਿਆਂ ਨੂੰ ਬਿਲਕੁਲ ਸਹਾਰੇ ਦੀ ਲੋੜ ਆ, ਜਿਨ੍ਹਾਂ ਦੇ ਨਾ ਕੋਈ ਜਗ੍ਹਾ ਰਹਿਣ ਲਈ, ਨਾ ਮਕਾਨ ਆ, ਸੜਕਾਂ 'ਤੇ ਪਏ ਆ, ਉਹਨਾਂ ਲਈ ਤਾਂ ਜ਼ਰੂਰ ਕੋਈ ਨਾ ਕੋਈ ਉਪਰਾਲਾ ਕੀਤਾ ਜਾਵੇ। ਸਰਕਾਰ ਨੂੰ ਵੀ ਚਾਹੀਦਾ ਵਾ ਵੀ ਕੋਈ ਨਾ ਕੋਈ ਉਪਰਾਲਾ ਕਰਕੇ ਸ਼ੈਲਟਰ ਹੋਮ ਬਣਾਏ ਜਾਣ, ਜਾਂ ਇਹਨਾਂ ਦੇ ਬਣਦੇ ਹੱਕ ਇਹਨਾਂ ਨੂੰ ਦਵਾਏ ਜਾਣ, ਜੇ ਇਹਨਾਂ ਦੇ ਪਰਿਵਾਰ ਜਿਹੜੇ ਇਹਨਾਂ ਦੇ ਹਿੱਸੇ ਖਾ ਲੈਂਦੇ ਆ। ਹੁਣ ਸਾਡੇ ਕੋਲ ਕਾਫੀ ਬੰਦੇ ਆ, ਚਲੋ ਬਾਬਾ ਜੀ ਨੇ ਤਾਂ ਦੱਸਦੇ ਵੀ ਆਪਦੀ ਜਗ੍ਹਾ ਵੇਚ ਕੇ ਆਪ ਇਹਨਾਂ ਨੇ ਆਟੋ ਲੈ ਲਿਆ ਸੀ, ਪਰ ਹੋਰ ਬਹੁਤ ਬੰਦੇ ਇੱਦਾਂ ਦੇ ਜਿਨ੍ਹਾਂ ਦੇ ਪਰਿਵਾਰਾਂ ਨੇ ਉਹਨਾਂ ਦਾ ਸਾਰਾ ਕੁਝ ਖਾ ਲਿਆ, ਪਰ ਉਹਨਾਂ ਨੂੰ ਕੁਝ ਨਹੀਂ ਦਿੱਤਾ, ਸੜਕਾਂ 'ਤੇ ਮਰਨ ਦੇ ਲਈ ਛੱਡਤਾ। ਅਤੇ ਅੱਗੇ ਹੁਣ ਸਰਕਾਰ ਨੇ ਵੀ ਉਹਨਾਂ ਨੂੰ ਨਾਗਰਿਕ ਹੋਣ ਦਾ ਇੱਕ ਜਿਹੜਾ ਹੱਕ ਹੁੰਦਾ ਵੀ ਇਸ ਸੁਸਾਇਟੀ ਦੇ, ਸਰਕਾਰ ਦੇ ਨਾਗਰਿਕ ਆ, ਇਸ ਇੰਡੀਆ ਦੇ ਜਾਂ ਮੰਨ ਲਓ ਸਟੇਟ ਦੇ, ਉਹਨਾਂ ਨੂੰ ਵੀ ਉਹਨਾਂ ਨੇ ਵੀ ਨਹੀਂ ਕੁਛ ਦਿੱਤਾ, ਤਾਂ ਫਿਰ ਉਹ ਕਿੱਥੇ ਜਾਣ ਜੀ? ਉਹ ਸੜਕਾਂ 'ਤੇ ਰੁੜਦੇ ਆ, ਕੀੜੇ ਪਏ ਬੁਰੇ ਹਾਲਾਂ ਦੇ ਵਿੱਚ ਬੰਦੇ ਘੁੰਮਦੇ ਆ ਜੀ। ਸੱਚੇ ਪਾਤਸ਼ਾਹ ਨੇ ਸਾਡੇ ਵਰਗੇ ਬੰਦਿਆਂ ਦੀ ਡਿਊਟੀ ਲਾਈ ਹੈ, ਜਿੰਨੇ ਕੁ ਯੋਗੇ ਅਸੀਂ ਹੈਗੇ ਹਾਂ, ਅਸੀਂ ਕੁਛ ਭਰਾਵਾਂ ਦੇ ਨਾਲ ਰਲ ਕੇ ਕੰਟਰੀਬਿਊਟ ਕਰਕੇ ਸੇਵਾ ਚਲਾ ਰਹੇ ਹਾਂ। ਸਾਡੇ ਕੋਲ ਇਸ ਟਾਈਮ 37 ਬੰਦੇ ਰਹਿੰਦੇ ਆ, ਅੱਜ 38 ਹੋ ਗਏ ਬਾਬਾ ਜੀ ਦੇ ਸਣੇ, ਅਤੇ ਹੁਣ ਤੱਕ ਅਸੀਂ 19 ਬੰਦੇ ਪਰਿਵਾਰ 'ਚ ਬਚਾ ਚੁੱਕੇ ਹਾਂ, ਜਿਨ੍ਹਾਂ ਦੇ ਘਰ ਲੱਭ ਗਏ, ਜਿਹੜੇ ਬੰਦੇ ਕਿਸੇ ਟਾਈਮ ਸੜਕਾਂ 'ਤੇ ਪਏ ਸੀ ਬਹੁਤ ਮਾੜੀ ਹਾਲਤ ਦੇ ਵਿੱਚ, ਅਤੇ ਉਹ ਪਰਿਵਾਰਾਂ 'ਚ ਪਹੁੰਚ ਗਏ ਆ। ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਸਭ ਤੋਂ ਸੇਵਾ ਲੈਂਦੇ ਰਹਿਣ। ਅਤੇ ਇੱਦਾਂ ਹੀ ਜਿਹੜਾ ਮੈਂ ਤੁਹਾਨੂੰ ਜ਼ਿਕਰ ਕੀਤਾ ਜੀ, ਬਾਬਾ ਜੀ ਰਣਜੀਤ ਸਿੰਘ ਜੀ, ਇਹ ਬਾਬਾ ਜੀ ਨੂੰ ਵੀ ਵੀਰ ਰਾਣੇ ਹੁਣੇ ਹੀ ਬੜੀ ਮਾੜੀ ਹਾਲਤ ਸੀਗੇ ਬਾਬਾ ਜੀ, ਇਹਨਾਂ ਦਾ ਇਲਾਜ ਫੇਫੜਿਆਂ ਦਾ, ਇਹਨਾਂ ਨੂੰ ਕਾਫੀ ਭਿਆਨਕ ਬਿਮਾਰੀ ਹੈ, ਇਹਨਾਂ ਨੂੰ ਸਾਹ ਬਹੁਤ ਖਿੱਚਵਾਂ ਆ ਜਾਂਦਾ, ਆਉਣ ਲੱਗ ਜਾਂਦਾ, ਜਦੋਂ ਵੀ ਦਮ ਪੱਟਿਆ ਜਾਂਦਾ ਫਿਰ ਸਾਹ ਨਹੀਂ ਲੈ ਜਾਂਦਾ ਬਾਬਾ ਜੀ ਤੋਂ, ਟੋਇਲਟ ਬਾਥਰੂਮ ਵੀ ਜਾਂਦੇ ਆ ਤਾਂ ਲੈ ਕੇ ਜਾਣਾ ਪੈਂਦਾ, ਬੜੀ ਮੁਸ਼ਕਿਲ ਨਾਲ ਤੁਰਦੇ ਆ। ਅਤੇ ਹੁਣ ਸੱਚੇ ਪਾਤਸ਼ਾਹ ਨੇ ਬੜੀ ਮਿਹਰ ਕੀਤੀ ਆ, ਬਾਬਾ ਜੀ ਆ ਹੁਣ ਤਕਰੀਬਨ 8-9 ਦਿਨਾਂ ਤੋਂ ਦਾਖਲ ਸੀਗੇ, ਕੱਲ੍ਹ ਛੁੱਟੀ ਮਿਲੀ ਹੈ ਬਾਬਾ ਜੀ ਨੂੰ, ਕੱਲ੍ਹ ਹੀ ਸਾਡੇ ਕੋਲ ਇੱਥੇ ਸੰਸਥਾ 'ਤੇ ਆਏ ਆ।
ਹੁਣ ਅੱਗੇ ਨਾਲ ਕਾਫੀ ਬੈਟਰ ਆ, ਠੀਕ ਆ, ਡਾਕਟਰਾਂ ਨੇ ਰਿਪੋਰਟਸ ਵੀ ਵਗੈਰਾ ਠੀਕ ਆਈਆਂ ਮੈਂ ਸੱਚੇ ਪਾਤਸ਼ਾਹ ਠੀਕ, ਇਹਨਾਂ ਨੂੰ ਬਾਬਾ ਜੀ ਨੂੰ ਸਿਹਤ ਜਾਬੀ ਦੇਣ, ਠੀਕ ਹੋ ਕੇ ਆਪਣੀ ਜ਼ਿੰਦਗੀ ਅਗਲੀ ਜਿਹੜੀ ਹੈਗੀ ਆ ਉਹ ਬਸਰ ਕਰ ਸਕਣ। ਅਤੇ ਇਵੇਂ ਇਹਨਾਂ ਦਾ ਬਾਬਾ ਜੀ ਦਾ ਵੀ ਤੁਸੀਂ ਦੇਖ ਸਕਦੇ ਹੋ ਪੈਰਾਂ ਦੇ ਹਾਲ ਦੇਖੋ ਕਿੱਡੇ ਕਿੱਡੇ ਕੱਟ ਲੱਗੇ ਹੋਏ ਆ, ਅਤੇ ਕਿਉਂਕਿ ਜਦੋਂ ਕੋਈ ਸੰਭਾਲ ਸੇਵਾ ਕਰਨ ਵਾਲਾ ਨਾ ਰਹਿੰਦਾ ਪੈਰਾਂ ਦੇ, ਸ਼ਾਇਦ ਹੋਰ ਵੀ ਸਰੀਰ ਦੇ ਉੱਪਰ ਕੋਈ ਜ਼ਖਮ ਸੀਗੇ ਇਹਨਾਂ ਦੇ ਕੋਈ, ਹੋਰ ਠੀਕ ਆ ਸੱਚੇ ਪਾਤਸ਼ਾਹ ਦੀ ਮਿਹਰ ਨਾਲ। ਚਲੋ ਵੱਡੀ ਗੱਲ ਤਾਂ ਬਾਬਾ ਜੀ ਦਾ ਦਿਮਾਗ ਦਰੁਸਤ ਆ ਜੀ, ਨਹੀਂ ਇਸ ਹਾਲਤ 'ਚ ਜਾ ਕੇ ਬੰਦੇ ਦੀ ਮੈਂਟਲੀ ਕੰਡੀਸ਼ਨ ਇੰਨੀ ਮਾੜੀ ਹੋ ਜਾਂਦੀ ਹੈ, ਉਹਨੂੰ ਸਮਝ ਹੀ ਨਹੀਂ ਆਉਂਦੀ ਮੈਂ ਕਰਨਾ ਕੀ ਆ, ਕਿਹਨੂੰ ਮਿਲਣਾ ਅਤੇ ਕਿਹ ਤੋਂ ਮੈਂ ਹੈਲਪ ਲੈਣੀ ਆ। ਅਤੇ ਇਹ ਬਾਬਾ ਜੀ ਅਤੇ ਗੁਰੂ ਮਹਾਰਾਜ ਦੀ ਕਿਰਪਾ ਵਾ, ਚਲੋ ਸਾਨੂੰ ਸਾਡੀ ਟੀਮ ਨੂੰ ਮਿਲ ਗਿਆ, ਹੁਣ ਅਸੀਂ ਅੱਗੇ ਇਹਨਾਂ ਦੀ ਪੂਰੀ ਆਪਦੀ ਤਨਦੇਹੀ ਦੇ ਨਾਲ ਸੇਵਾ ਕਰਾਂਗੇ ਜੀ। ਸੱਚੇ ਪਾਤਸ਼ਾਹ ਸਾਤੋਂ ਇੱਦਾਂ ਹੀ ਸੇਵਾ ਲੈਂਦੇ ਰਹਿਣ। ਅਸੀਂ ਸਾਰੇ ਵੀਰਾਂ ਭੈਣਾਂ ਨੂੰ ਵੀ ਬੇਨਤੀ ਕਰਦੇ ਹਾਂ, ਜਿਵੇਂ ਰਾਣੇ ਵੀਰ ਹੁਣੀ ਸਾਡੇ ਨਾਲ ਜੁੜੇ ਆ, ਹੋਰ ਵੀ ਇੱਕ ਆਪਣੇ ਗੜ੍ਹਦੀ ਵਾਲ ਸੇਵਾ ਦਲ ਵਾਲੇ ਆਪਣੇ ਬਾਬਾ ਦੀਪ ਸਿੰਘ ਜੀ, ਮਨਜੋਤ ਹੁਣੀ ਵੀਰ, ਉਹਨਾਂ ਨੇ ਵੀ ਇੱਕ ਇੱਦਾਂ ਹੀ ਆਸ਼ਰਮ ਬਣਾ ਕੇ ਸ਼ੁਰੂ ਕੀਤਾ ਬੰਦਿਆਂ ਨੂੰ ਰੱਖਣ ਦਾ ਸੇਵਾ। ਹੋਰ ਵੀ ਕਾਫੀ ਬੰਦੇ ਇੱਦਾਂ ਸ਼ੁਰੂ, ਮੁੰਡੇ ਸਾਨੂੰ ਫੋਟੋਆਂ ਭੇਜਦੇ ਆ ਜਿਹਨਾਂ ਨੇ ਸ਼ੁਰੂ ਕੀਤਾ, ਵੀ ਜਿਹੜਾ ਵੀ ਉਹਨਾਂ ਦੇ ਨੇੜੇ ਤੇੜੇ ਏਰੀਏ ਦੇ ਵਿੱਚ ਕੋਈ ਬੰਦਾ ਮਾੜੀ ਹਾਲਤ 'ਚ ਫਿਰਦਾ, ਉਹਨੂੰ ਨਵਾਉਣਾ, ਉਹਦੀ ਸੇਵਾ ਕਰਨੀ ਜਾਂ ਉਹਨੂੰ ਇਲਾਜ ਕਰਵਾਉਣਾ। ਅਤੇ ਅਸੀਂ ਸਾਰੇ ਵੀਰਾਂ ਭੈਣਾਂ ਹੋਰਾਂ ਨੂੰ ਵੀ ਬੇਨਤੀ ਕਰਦੇ ਹਾਂ ਵੀ ਵੱਧ ਤੋਂ ਵੱਧ ਇੱਦਾਂ ਦੇ ਬੰਦੇ ਹਰੇਕ ਆਪੋ ਆਪਣੇ ਕਸਬਿਆਂ 'ਚ, ਹਲਕਿਆਂ ਦੇ ਵਿੱਚ, ਆਪਣੇ ਆਪਣੇ ਸ਼ਹਿਰਾਂ ਦੇ ਵਿੱਚ ਲੋਕਾਂ ਦੀ ਇੱਦਾਂ ਦੇ ਬੇਸਹਾਰਾ ਲਵਾਰ ਸੰਬੰਧਿਆਂ ਦੀ ਮਦਦ ਕਰਨੀ ਸ਼ੁਰੂ ਕਰੋ ਜੀ। ਕਿਉਂਕਿ ਸਾਰੀ ਸਾਡੀਆਂ ਟੀਮਾਂ ਜਾਂ ਸਾਡੇ ਅਸੀਂ ਨਹੀਂ ਕਰ ਸਕਦੇ, ਇਹ ਸਾਰਿਆਂ ਨੂੰ ਆਪਣੇ ਨੌਜਵਾਨਾਂ ਨੂੰ ਹੰਭਲਾ ਮਾਰਨਾ ਪੈਣਾ। ਕਿਉਂਕਿ ਜਿਹੜਾ ਆਪਣੇ ਪੰਜਾਬ ਦੇ ਵਿੱਚ ਪਿਛਲੇ ਸਮੇਂ ਦੇ ਵਿੱਚ ਜਿਹੜਾ ਨਸ਼ੇ ਦਾ ਹੜ ਵਗਿਆ, ਉਹਦੇ ਨਾਲ ਵੀ ਬਹੁਤ ਚੀਜ਼ਾਂ ਡੈਮੇਜ ਹੋ ਗਈਆਂ, ਉਹਨਾਂ ਨੂੰ ਰਿਕਵਰ ਕਰਨਾ ਪੈਣਾ ਸਾਰਿਆਂ ਨੂੰ ਰਲ ਕੇ ਹੀ। ਫਿਰ ਉਸ ਤੋਂ ਅੱਗੇ ਜਿਹੜਾ ਇਹਨਾਂ ਲਿਬਾਸ ਬੰਦਿਆਂ ਦੇ ਵਾਸਤੇ ਕੋਈ ਇੰਤਜ਼ਾਮ ਨਾ ਹੋਣ ਕਰਕੇ ਸਰਕਾਰਾਂ ਸਾਰੀਆਂ ਪਾਰਟੀਆਂ ਦੀਆਂ ਆਈਆਂ, ਮੈਂ ਅਸੀਂ ਕਿਸੇ ਪਾਰਟੀ ਨੂੰ ਨਹੀਂ ਅਸੀਂ ਮੰਨਦੇ, ਅਤੇ ਕਿਸੇ ਨੇ ਵੀ ਇਹਨਾਂ ਦੇ ਬਾਰੇ ਸੋਚਿਆ ਨਹੀਂ। ਉਹਦੇ ਵਾਸਤੇ ਵੀ ਬਹੁਤ ਬੰਦੇ ਇੱਦਾਂ ਦੇ ਵਿਚਾਰੇ ਲਿਬਾਸ ਘੁੰਮਦੇ ਜਿਨ੍ਹਾਂ ਨੂੰ ਉਹਨਾਂ ਦੇ ਹੱਕ ਦਿਵਾਉਣੇ ਆ, ਉਹ ਸਾਰੇ ਰਲ ਕੇ ਦਿਵਾ ਸਕਦੇ ਹਾਂ ਆਪਾਂ। ਅਤੇ ਇਹੀ ਬੇਨਤੀ ਸਾਰੇ ਵੀਰਾਂ ਦੇ ਭੈਣਾਂ ਨੂੰ ਕਰਨੀ ਸੀਗੀ ਵੀ ਸਾਰੇ ਰਲ ਕੇ ਹੰਭਲਾ ਮਾਰੋ। ਇਹ ਵੀਰਾਂ ਦਾ ਪੇਜ ਆ ਇਨਸਾਨੀਅਤ ਦੀ ਸੇਵਾ ਸੁਸਾਇਟੀ ਫੇਸਬੁੱਕ 'ਤੇ ਚੱਲਦਾ। ਇਹ ਵੀਰ ਫਿਰੋਜ਼ਪੁਰ ਤੋਂ ਸੇਵਾ ਕਰਦੇ ਆ, ਸਾਡੇ ਟੀਮ ਮੈਂਬਰ ਆ, ਇਹ ਭਰਾ ਵਾ ਸਾਡੇ ਛੋਟੇ, ਅਤੇ ਇਹਨਾਂ ਦੀ ਸਪੋਰਟ ਕਰੋ, ਇਹਨਾਂ ਦਾ ਪੇਜ ਵੀ ਵੱਧ ਤੋਂ ਵੱਧ ਸ਼ੇਅਰ ਕਰੋ। ਫਿਰੋਜ਼ਪੁਰ ਏਰੀਏ ਦੇ ਜਿਹੜੇ ਵੀ ਬੰਦੇ ਵੀਰ ਭੈਣ ਸਾਨੂੰ ਦੇਖਦੇ ਆ, ਉਹ ਇਹਨਾਂ ਨੂੰ ਜ਼ਰੂਰ ਸੰਪਰਕ ਕਰੋ, ਇਹਨਾਂ ਦੇ ਨੰਬਰ ਦਿੱਤੇ ਹੋਏ ਆ ਉਹਦੇ ਉੱਪਰ। ਇਹ ਤਿੰਨੋਂ ਵੀਰ ਆ, ਰਾਣਾ ਵੀਰ ਆ, ਮਨਦੀਪ ਆ ਅਤੇ ਹਰਦੀਪ ਵੀਰ ਆ, ਹੋਰ ਵੀ ਇਹਨਾਂ ਦੇ ਨਾਲ ਵੀਰ ਜੁੜੇ ਹੋਏ, ਕਾਫੀ ਬੰਦੇ ਰਲ ਕੇ ਸੇਵਾ ਕਰਦੇ ਆ। ਅਤੇ ਸਾਡਾ ਨੰਬਰ ਜਿਵੇਂ ਤੁਸੀਂ ਜਾਣਦੇ ਹੋ 97803000072 ਨੰਬਰ ਆ ਜੀ ਸਾਡੇ ਨਾਲ, ਸੰਪਰਕ ਕਰਕੇ ਵੀ ਤੁਸੀਂ ਐਨੀ ਟਾਈਮ ਸਾਨੂੰ ਮਿਲ ਸਕਦੇ ਹਾਂ। ਲੁਧਿਆਣੇ ਬਾਰ ਸਾਡੇ ਪਿੰਡ ਅੰਬੜਾ ਰੋਡ ਦੇ ਉੱਪਰ ਸਾਡੀ ਸੰਸਥਾ ਚੱਲਦੀ ਹੈ ਜੀ, ਅਤੇ ਸੱਚੇ ਪਾਤਸ਼ਾਹ ਇੱਦਾਂ ਹੀ ਸੇਵਾ ਲੈਂਦੇ ਰਹਿਣ ਜੀ। ਇਹ ਬਾਬਾ ਜੀ ਠੀਕ ਹੋ ਜਾਣ, ਆਪਦੇ ਪੈਰਾਂ 'ਤੇ ਚੱਲਣ ਯੋਗ ਹੋ ਜਾਣ ਜੀ। ਇਹ ਸਤਪਾਲ ਸਿੰਘ ਜੀ, ਅਤੇ ਇਹਨਾਂ ਦਾ ਕਿਹੜੀ ਬਸਤੀ ਤੋਂ ਤੁਸੀਂ? ਫਿਰੋਜ਼ਪੁਰ, ਪੱਟੀਆਂ ਵਾਲੀ, ਪੱਟੀਆਂ ਵਾਲੀ ਬਸਤੀ ਫਿਰੋਜ਼ਪੁਰ ਇਹਨਾਂ ਦਾ ਅਸਲੀ ਐਡਰੈਸ ਹੈ ਜੀ। ਉੱਥੇ ਜੰਮੇ ਪਲੇ, ਉੱਥੇ ਇਹਨਾਂ ਦਾ ਪਰਿਵਾਰ ਵੀ ਰਹਿੰਦਾ ਵਾ। ਅਤੇ ਜੇ ਕੋਈ ਇਹਨਾਂ ਦਾ ਜਾਣਕਾਰ ਵੀ ਇਹਨਾਂ ਨੂੰ ਮਿਲਣਾ ਚਾਹੁੰਦਾ ਹੋਵੇ ਤਾਂ ਸਾਡੇ ਨਾਲ ਸਾਡੇ ਨੰਬਰਾਂ 'ਤੇ ਸੰਪਰਕ ਕਰਕੇ ਮਿਲ ਸਕਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।